गुरु नानक पग पंकज बंदन पग पंकज बंदन सिमरो अंगद दुख निकंदन गुरु अमरदास हृदय नित ध्याऊं हृदय नित ध्याऊं श्री गुरु रामदास गुण गुरु अर्जन बिघ्नन के नाशक बिघ्नन हर गोविंद शुभ मत प्रकाशक श्री हर राय नमो कर जो नमो कर श्री हर कृष्ण मनाऊंब गुरु तेग बहादर परम कृपाला परम श्री गुरु गोविंद सिंह विशाला तरों तरा तार पुन पुन सीसा जी पुन बंदों बार बार जगदीशा जा मैं अमृत ज्ञान है मणक भगत बैराग श्री गुरु ग्रंथ साहिब उदद बंदु कर अनु एकंकारा सतगुरु तें प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सो चुको चुक अटल सतगुरु श्री गुरु ग्रंथ साहिब महाराज सच्चे पातशाह जी दे पाक पवित्र दरबार अंदर सुभायमान सतगुरां नूं अथाह प्यार करन वाली साध संगत सतगुरां दी बख्शी खोई फतेह दी सांझ पाओ अदब नाल आखो जी वाहिगुरु जी का खालसा वाहिगुरु जी की फतेह। सतगुरु गुरु ग्रंथ साहिब महाराज पातशाह जी वचन करदे ने भई इस दुनिया दे अंदर दो हस्तियां ने जिन्हां तो मनुखता नूं आस हुंदी है भई दुख सुख वेले साडे कम आउणगे। एक है जिन्हां कोल दुनिया दी दौलत बहुत है पैसे करके अमीर बहुत ने ते दूसरे ओ जिन्हां ने नाम जपया बंदगी कीती ते गुरु नानक साहिब दी बख्शिश लई रब दे प्यारे संत गुरमुख प्यारे
ਉਹਨਾਂ ਤੋਂ ਜਗਤ ਨੂੰ ਆਸ ਹੁੰਦੀ ਹੈ ਵੀ ਸਾਡੀ ਮਦਦ ਕਰਨਗੇ। ਸਤਿਗੁਰਾਂ ਦੇ ਮਹਾਨ ਪਵਿੱਤਰ ਬਚਨ ਨੇ ਬਹੁਤ ਕਮਾਲ ਦੇ, ਕਹਿੰਦੇ ਦੋ ਹਸਤੀਆਂ ਨੇ ਇੱਕੋ ਵਕਤ, ਇੱਕ ਹਸਤੀ ਦੀ ਆਸ ਝੂਠੀ ਜੇ ਕੁਛ ਨਹੀਂ ਜੇ ਮਿਲਣਾ, ਅਤੇ ਦੂਸਰੀ ਹਸਤੀ 'ਤੇ ਜਿੰਨਾ ਭਰੋਸਾ ਕਰੋਗੇ ਉਤਨਾ ਹੀ ਨਿਰੰਕਾਰ ਖੁਸ਼ ਹੁੰਦਾ ਤੁਰਿਆ ਜਾਏਗਾ। ਉਹ ਕਿਹੜੀ? ਸਤਿਗੁਰੂ ਜੀ ਕਹਿੰਦੇ ਪਾਣੀ ਪੱਖਾ ਪੀਸ ਦਾਸ ਕਹਿ ਤਬ ਖੂਹੇ ਨਿਕਾਲ, ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ। ਕਹਿੰਦੇ ਇੱਕ ਪਾਸੇ ਕਹਿ ਗੁਰੂ ਕੇ ਪਿਆਰਿਓ ਰੱਬ ਦਾ ਬਖਸ਼ਿਆ ਹੋਇਆ ਉਹਦਾ ਦਾਸ, ਉਹਦੇ ਦਰ 'ਤੇ ਕਹਿੰਦੇ ਪਾਣੀ ਵੀ ਢੋ ਕੇ ਤੁਹਾਨੂੰ ਦਿਨ ਗੁਜ਼ਾਰਨੇ ਪੈਣ, ਪੱਖਾ ਚੱਲਣਾ ਪਵੇ, ਤੁਸੀਂ ਉਹਦੀ ਸੇਵਾ ਕਰੋਗੇ ਨਿਰੰਕਾਰ ਤੁਹਾਨੂੰ ਲੋਕ ਪਰਲੋਕ ਵਿੱਚ ਖੁਸ਼ੀਆਂ ਅਤੇ ਖੇੜੇ ਬਖਸ਼ੇਗਾ। ਮੈਂ ਤਾਂ ਬੇਨਤੀ ਕਰ ਰਿਹਾ ਵਾਂ ਸਤਿਕਾਰਯੋਗ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਨ ਪੁਰਖ, ਤਿੰਨਾਂ ਦੀ ਬਰਸੀ ਨੂੰ ਲੈ ਕੇ ਸੇਵਕ ਪਰਿਵਾਰ ਅਤੇ ਆਪ ਸਾਰੀਆਂ ਸੰਗਤਾਂ ਰਲ ਕੇ ਮਹਾਨ ਪੁਰਖਾਂ ਦੀ ਬਰਸੀ ਮਨਾ ਰਹੇ ਹੋ। ਗੁਰੂ ਸਵਾਰਿਓ, ਸਤਿਗੁਰੂ ਪੰਚਮ ਪਿਤਾ ਜੀ ਬਚਨ ਕਰਦੇ ਪਏ, ਇੱਕ ਪਾਸੇ ਉਹਨਾਂ ਦੇ ਦਰ 'ਤੇ ਪਾਣੀ ਅਤੇ ਪੱਖਾ, ਅਤੇ ਜੇ ਚੱਕੀ ਪੀਣੀ ਪਵੇ ਸੇਵਾ ਕਰੇ ਤਾਂ ਨਿਖਾਲ ਹੋਏਗਾ, ਅਤੇ ਦੂਸਰੇ ਪਾਸੇ ਰਾਜ ਭਾਗ ਦੇ ਮਾਲਕ ਦੇ ਕੋਲ ਜਾਏਗਾ, ਅਤੇ ਜਿਹੜੀ ਉਹਦੇ ਅੰਦਰ ਅੱਗ ਬਲਦੀ ਉਹ ਤੇਰੇ ਅੰਦਰ ਵੀ ਬਲੇਗੀ। ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ ਪਿਆਰਿਓ, ਪਰ ਜਿਹੜਾ ਉਹਦੇ ਕੋਲ ਜਾਏਗਾ ਉਹਨੂੰ ਕਿੱਥੋਂ ਸ਼ਾਂਤੀ ਮਿਲੇਗੀ? ਸਤਿਗੁਰੂ ਦੂਜਾ ਬਚਨ ਕਰਦੇ ਕਹਿੰਦੇ ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਕੋਈ ਬੰਦਗੀ ਵਾਲਾ ਬਖਸ਼ਿਆ ਹੋਇਆ, ਕਹਿੰਦੇ ਉਹਨਾਂ ਦੇ ਚਰਨੀ ਲੱਗ, ਉਹਨਾਂ ਦੇ ਨਹੀਂ ਕਹਿੰਦੇ ਉਹਨਾਂ ਦੇ ਸੇਵਾਦਾਰ ਦੇ ਵੀ ਸਾਹਮਣੇ ਤੂੰ ਝੁੱਕ ਕੇ ਰਹੇਗਾ, ਅਤੇ ਵਾਹਿਗੁਰੂ ਦੀਆਂ ਖੁਸ਼ੀਆਂ। ਪਰ ਜਦੋਂ ਕਿ ਮਾਇਆ ਧਾਰੀ ਛਤਰ ਪੱਤ ਤਿੰਨ ਛੋਡੋ ਤਿਆਗ, ਦੂਸਰੇ ਪਾਸੇ ਮਾਇਆ ਧਾਰੀ ਛਤਰਪਤੀ ਨੂੰ ਨਾ ਵੇਖੇ, ਇਹ ਆਖੇਗਾ ਅਤੇ ਗਰੀਬੜਾ ਜੈ ਦੇ ਕੋਲ ਕੁਝ ਨਹੀਂ, ਪਰ ਕਹਿੰਦੇ ਨਾ ਵੇਖ ਇਹਦੇ ਕੋਲ ਰੱਬ ਦੀਆਂ ਲੋਕ ਪਰਲੋਕ ਦੀਆਂ ਖੁਸ਼ੀਆਂ ਨਹੀਂ ਬਹੁਤ ਵੱਡੀਆਂ। ਦੂਸਰੇ ਪਾਸੇ ਕਹਿੰਦੇ ਛਤਰਪਤੀ ਨੂੰ ਛੱਡ ਦੇਵੀ, ਕਹਿੰਦੇ ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਦਾਨ। ਮਹਾਂਪੁਰਖਾਂ ਦੀ ਸੰਗਤ ਕਰਕੇ ਰੁੱਖਾ ਦਾਣਾ ਵੀ ਛਕੇਗਾ, ਅਤੇ 36 ਪ੍ਰਕਾਰ ਦੇ ਨਹੀਂ, ਕਹਿੰਦੇ ਸਾਰੇ ਖਜ਼ਾਨੇ ਤੇਰੇ ਕੋਲ ਖੋਣਗੇ ਕਿਉਂਕਿ ਤੂੰ ਨਾਮ ਨਾਲ ਜੁੜਿਆ ਏ। ਪਰ ਗ੍ਰਹਿ ਸਾਕਤ 36 ਪ੍ਰਕਾਰ ਅਤੇ ਬਿਖੂ ਸਮਾਨ, ਜੇ ਸਾਕਤਾਂ ਦੀ ਸੰਗਤ ਕਰੇਗਾ 36 ਪ੍ਰਕਾਰ ਦੇ ਭੋਜਨ ਵਿੱਚੋਂ ਵੀ ਬਿਖ ਨਿਕਲੇਗੀ। ਇਸ ਕਰਕੇ ਭਗਤ ਜਨਾਂ ਕਾ ਲੂਗਰਾ ਊੜ ਨਗਨ ਨਾ ਖੋਈ, ਭਗਤਾਂ ਦੀ ਮਹਾਂਪੁਰਖਾਂ ਦੇ ਕੋਲੋਂ ਮਿਲਿਆ ਸਾਦਾ ਜਿਹਾ ਕੱਪੜਾ ਉਹਨੂੰ ਪਹਿਨ ਲਵਾਂਗੇ, ਅਸੀਂ ਦਰਗਾਹ 'ਚ ਨੰਗੇ ਨਹੀਂ ਖੋਵਾਂਗੇ, ਪੜਦੇ ਕੱਚੇ ਜਾਣਗੇ। ਜਦੋਂ ਕਿ ਸਾਕਤ ਸਿਰ ਪਉ ਰੇਸ਼ਮੀ ਪਹਿਰਤ ਪੱਤ ਖੋਈ, ਸਾਕਤਾਂ ਦੀ ਸੰਗਤ ਕੀਤਿਆਂ ਗੁਰੂ ਕੇ ਪਿਆਰਿਓ ਰੇਸ਼ਮ ਵੀ ਪਹਿਨਾਂਗੇ ਅਤੇ ਪੱਤ ਨਹੀਂ ਰਹਿਣੀ। ਗੁਰੂ ਕੇ ਪਿਆਰੇ ਅਖੀਰਲਾ ਇੱਕ ਬਚਨ ਕਹਿ ਕੇ ਮੈਂ ਮਹਾਂਪੁਰਖਾਂ ਦੇ ਥੋੜ੍ਹੇ ਜਿਹੇ ਕੌਤੁਕ ਤੁਹਾਡੇ ਨਾਲ ਸਾਂਝੇ ਕਰਾਂਗਾ, ਬਹੁਤ ਨਹੀਂ ਵਿਚਾਰ ਸੀ। ਲੜੀਵਾਰ ਕਥਾ ਦਾ ਇੱਕ ਛੋਟਾ ਜਿਹਾ ਪ੍ਰਸੰਗ ਕਵਾਂ, ਪਰ ਵਾਹਿਗੁਰੂ ਜੀ ਦੀ ਨੇਤ ਹੈ ਤਿੰਨਾਂ ਗੁਰੂ ਕੇ ਪਿਆਰਿਆਂ 'ਚੋਂ ਅੱਜ ਇੱਕ ਵੀ ਨਹੀਂ ਸੀ ਪਹੁੰਚਿਆ, ਜਿਵੇਂ ਹੁਕਮ ਹੈ ਸਤਿਗੁਰੂ ਜੀ ਦਾ ਉਹਨੂੰ ਕਬੂਲ ਕਰਦੇ ਹਾਂ। ਪਾਤਸ਼ਾਹ ਜੀ ਦਾ ਬਚਨ ਸੀ ਬਹੁਤ ਪਿਆਰਾ, ਕਹਿੰਦੇ ਸਭ ਕਿਛ ਤੁਮਕੀ ਤੇ ਹੋਆ ਆਪ ਬਣਤ ਬਣਾਈ, ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਏ। ਕਹਿੰਦੇ ਵੀ ਇਹ ਰੱਬ ਆਪ ਬਣਤਰਾਂ ਸਭ ਬਣਾਉਂਦਾ ਏ, ਜੇਕਰ ਕੋਈ ਸਾਧੂ ਦਾ ਦੀਦਾਰ ਕਰੇ ਕਾਹਦੇ ਲਈ ਕਰਨਾ ਪਈ ਦੀਦਾਰ? ਕੇਵਲ ਉਹਦੇ ਬਸਤਰਾਂ ਦਾ ਜਾਂ ਉਹਦਾ ਰਹਿਣ ਸਹਿਣ ਦਾ ਨਹੀਂ। ਕਹਿਣ ਲੱਗੇ ਸਾਧੂ ਦੇ ਦੀਦਾਰ ਕਰਾਂਗੇ ਵਾਹਿਗੁਰੂ ਦੇ ਗੁਣ ਗਾਣ ਦਾ ਚਾਅ ਪੈਦਾ ਹੋਏਗਾ, ਚਾਅ ਹੀ ਨਹੀਂ ਕੇਵਲ ਹੋਏਗਾ, ਸਾਧੂ ਅਗਵਾਈ ਕਰੇਗਾ। ਜਿਵੇਂ ਅਸੀਂ ਕੱਲ੍ਹ ਵੇਖਿਆ ਸੀ
ਜਦੋਂ ਕੋਈ ਸ਼ਰਾਤ ਤੁਰਦਾ ਹੈ ਨਾ ਸਤਿਗੁਰੂ ਜੀ, ਪਹਿਲੇ ਦਿਨ ਤੋਂ ਹੀ ਉਹਨੂੰ ਵੱਡੇ ਤੋਂ ਵੱਡੇ ਕੌਤਕ ਦਿਖਾਉਣੇ ਸ਼ੁਰੂ ਕਰ ਦਿੰਦੇ ਨੇ। ਜਦੋਂ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਹਜ਼ੂਰ ਸਾਹਿਬ ਉੱਥੇ ਭਾਰੀ ਤਪੱਸਿਆ ਕਰਕੇ ਮੁੜੇ, ਅਤੇ ਪਿਆਰਿਓ ਅਸੀਂ ਵੇਖਿਆ ਸੀ ਨਾ ਕਿਵੇਂ 125,000 ਜਪਜੀ ਸਾਹਿਬ ਦਾ ਪਾਠ ਕੀਤਾ, ਗੁਰਮੰਤਰ ਦਾ ਵੱਖ ਕੀਤਾ, ਚਾਚਰੀ ਸ਼ੰਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਖਰੀਅੰ ਕਰੀਅੰ ਨਿਰਨਾਮੇ ਅਕਾਮੇ ਦਾ ਵੱਖਰਾ ਕੀਤਾ। ਅਤੇ ਇੱਕ ਦਿਨ ਜਦੋਂ ਫੌਜ ਵਿੱਚੋਂ ਗਏ ਸੀ ਅਤੇ ਥੋੜ੍ਹੇ ਜਿਹੇ ਮਾਇਆ ਕਿਸੇ ਨੇ ਪੱਲੇ ਬੰਨੇ ਸੀ, ਜਿੱਥੇ ਗੋਦਾਵਰੀ ਦੇ ਕੰਢੇ ਬੈਠ ਕੇ ਭਜਨ ਕਰਨਾ ਨਾ ਇਕਾਂਤ ਵਿੱਚ, ਇਹਨਾਂ ਨੇ ਉਹ ਪੈਸੇ ਕੋਲ ਰੱਖਣ ਦੀ ਬਜਾਏ ਪਰਾਂ ਇੱਕ ਜਗ੍ਹਾ ਥੋੜ੍ਹਾ ਜਿਹਾ ਮਿੱਟੀ ਢਾਹ ਕੇ ਉੱਚ ਰੱਖ ਅਤੇ ਮਿੱਟੀ ਪਾ ਛੜੀ। ਜਦੋਂ ਸਿਮਰਨ 'ਚ ਬੈਠੇ ਕਈ ਵਾਰ ਧਿਆਨ ਇੱਕ ਦੋ ਵਾਰ ਉਸ ਮਾਇਆ ਵੱਲ ਚਲਾ ਗਿਆ, ਕੋਈ 20-25 ਦਮੜੇ ਖੋਣਗੇ ਉੱਧਰ ਗਿਆ, ਕਹਿਣ ਲੱਗੇ ਖੱਦ ਹੋ ਗਈ, ਇਤਨਾ ਨੌਕਰੀ ਕਾਰੋਬਾਰ ਦੇ ਮੋਹ ਨੇ ਨਹੀਂ ਖਿੱਚਿਆ ਅਤੇ ਇਹ ਚੰਦ ਕੁ ਰੁਪਈਏ ਧਿਆਨ ਖਿੱਚ ਰਹੇ ਨੇ। ਉੱਠੇ ਅਤੇ ਪਿਆਰਿਓ ਮਿੱਟੀ 'ਚ ਪੁੱਟ ਕੇ ਨਦੀ 'ਚ ਸੁੱਟ ਦਿੱਤੇ। ਇਹ ਸਾਡੇ ਲਈ ਸਿੱਖਿਆ ਹੁੰਦੀਆਂ ਨੇ ਭਾਈ ਕਿਵੇਂ ਇਸ ਰੱਬ ਦੇ ਰਾਜ ਕਿਹੜੀ ਚੀਜ਼ ਸਾਡਾ ਧਿਆਨ ਖਿੱਚਦੀ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੀ ਨੂੰ ਜੇਲ੍ਹ ਵਿੱਚ ਕਿਸੇ ਨੇ ਸੋਨਾ ਬਣਾਉਣ ਦੀ ਰਸਾਇਣ ਜੁਗਤੀ ਲਿਖਾਈ, ਪਿਆਰਿਓ ਚਾਹੁੰਦੇ ਨਹੀਂ ਸਨ ਪਰ ਸਿੰਘ ਨੇ ਧੱਕੇ ਨਾਲ ਲਿਖਾਈ ਕਾਗਜ਼ 'ਤੇ ਟੁਕੜਾ, ਕਹਿੰਦੇ ਨੂੰ ਯਾਦ ਕਰ ਲਓ ਕੀ ਪਤਾ ਕਦੋਂ ਜੇਲ੍ਹ ਵਾਲੇ ਸਾਰਾ ਕੁਝ ਖੋਹ ਲੈਂਦੇ ਨੇ। ਉਹ ਲੈਣਾ ਨਹੀਂ ਸੀ ਚਾਹੁੰਦੇ, ਪਰ ਜਦੋਂ ਹੋਇਆ ਕਿ ਭਈ ਉਹਨਾਂ ਨੂੰ ਲਿਖਾਇਆ, ਉਹਨਾਂ ਨੇ ਯਾਦ ਕੀਤਾ, ਅੰਮ੍ਰਿਤ ਵੇਲੇ ਜਦੋਂ ਬੈਠੇ ਨਾ ਸਿਮਰਨ 'ਚ, ਅਤੇ ਕਹਿੰਦੇ ਜਿਉਂ ਦੇ ਸਿਮਰਨ ਕਰਨ ਲੱਗੇ, ਅੱਜ ਪਹਿਲਾ ਦਿਨ ਹੈ ਭਈ ਵਾਹਿਗੁਰੂ ਕਹਿੰਦੇ ਹਾਂ ਅਤੇ ਅੰਦਰ ਖਾਤੇ ਦੂਸਰਾ ਮਨ ਉਹ ਸੋਨਾ ਬਣਾਉਣ ਦਾ ਨੁਸਖਾ ਯਾਦ ਕਰੀ ਜਾਂਦਾ। ਕਹਿੰਦੇ ਪੱਠ ਪਵੇ ਇਹੋ ਜਿਹੀ ਚੀਜ਼ ਜਿਹੜੀ ਰੱਬ ਨਾਲ ਤੋੜੇ, ਕਾਗਜ਼ ਦਾ ਟੁਕੜਾ ਪਾੜ ਸੁੱਟਿਆ, ਕਹਿਣ ਲੱਗੇ ਮੁੜ ਕੇ ਕਦੇ ਪਰਮੇਸ਼ੁਰ ਜੀ ਧਿਆਨ ਵਿੱਚ ਵੀ ਨਾ ਇਹ ਆਵੇ। ਜਦੋਂ ਇਸ ਰਾਹ 'ਤੇ ਤੁਰਦਾ ਇਹਨਾਂ ਇੱਕ ਸਿੱਧਾ ਜਿਹਾ ਫਾਰਮੂਲਾ, ਸਤਿਗੁਰੂ ਕਹਿੰਦੇ ਨੇ ਜਿਹੜੀ ਚੀਜ਼ ਧੰਨ ਸਤਿਗੁਰੂ ਦੇ ਨਾਮ ਨਾਲ ਤੋੜੇ ਉਹਨੂੰ ਛੱਡ ਦੇਵੀਂ, ਜਿਹੜੇ ਜੋੜੇ ਦੁਨੀਆ ਨੂੰ ਕਵੇ ਮਾੜੀਏ ਤੂੰ ਉਹਨੂੰ ਨਾ ਕਦੇ ਭੁੱਲ ਕੇ ਛੱਡੀ। ਬੜਾ ਸਿੱਧਾ ਜਿਹਾ ਰਾਹ। ਮੈਂ ਬੇਨਤੀ ਕਰਨ ਲੱਗਾ ਸੀ ਮਹਾਂਪੁਰਖ ਨਾ ਹਜ਼ੂਰ ਸਾਹਿਬ ਤੋਂ ਵੀ ਵਾਪਸ ਆਏ, ਹਰਿਦੁਆਰ ਗਏ, ਵੱਖ ਵੱਖ ਜਗ੍ਹਾ 'ਤੇ ਭਗਤੀ ਕੀਤੀ ਬਹੁਤ ਪਾਰੀ। ਜਦੋਂ ਕਿ ਆਪ ਹੀ ਫੌਜ 'ਚੋਂ ਨਾ ਤਾਂ ਕਟਾਇਆ ਹੀ ਨਹੀਂ, ਨਾ ਕਟਾਉਣ ਚਲੇ ਗਏ, ਜਦੋਂ ਨਾ ਕਟਾਉਣ ਗਏ ਉਹ ਕੱਟਣ ਨਾ, ਖੈਰ ਫਿਰ ਜਿਵੇਂ ਬਣਿਆ ਸਬੱਬ ਕਟਾ ਕੇ ਉੱਥੇ ਵੀ ਕੁਛ ਦਿਨ ਦੀਵਾਨ ਲੱਗੇ, ਅੰਮ੍ਰਿਤ ਸੰਚਾਰ ਖੋਇਆ। ਜਦੋਂ ਨਾ ਉੱਥੋਂ ਤੁਰੇ ਟਾਂਗੇ 'ਤੇ ਬੈਠ ਕੇ, ਟਾਂਗੇ 'ਤੇ ਜੇ ਬੈਠੇ ਹੀ ਨੇ ਅਤੇ ਟਾਂਗੇ ਨੇ ਜਿਸ ਮੰਜ਼ਿਲ ਤੱਕ ਪਹੁੰਚਣਾ ਸੀ, ਕਹਿੰਦੇ ਇੱਕਦਮ ਕੀ ਵੇਖਦੇ ਨੇ, ਪੰਜ ਪਾਤਸ਼ਾਹੀਆਂ ਇੱਕ ਪਾਸੇ ਆ ਖਲੋਤੀਆਂ ਅਤੇ ਪੰਜ ਦੂਜੇ ਪਾਸੇ ਆ ਖਲੋਤੀਆਂ ਨੇ, ਪਰ ਤੱਕ 10 ਪਾਤਸ਼ਾਹੀਆਂ ਨਾਲ ਖੋ ਕੇ ਕਹਿ ਰਹੀਆਂ ਨੇ, ਸੰਚੀ ਖੁਰਾਨੋ ਤੁਹਾਨੂੰ ਜਿਸ ਕਾਜ ਲਈ ਤੋਰਿਆ ਇਕੱਲਿਆ ਨਹੀਂ, ਅਸੀਂ ਤੁਹਾਡੇ ਅੰਗ ਸੰਗ ਹਾਂ। ਪਿਆਰਿਓ ਉਹਨਾਂ ਮਹਾਨ ਪੁਰਖਾਂ ਦੀ ਜਦੋਂ ਕਮਾਈ ਵੱਲ ਝਾਤ ਮਾਰੀ ਦੀ ਹੈ ਨਾ, ਅਤੇ ਬਸ ਸੇਰੀ ਝੁਕਾ ਨੂੰ ਜੀ ਕਰਦਾ, ਕੁਝ ਕਹਿ ਨੂੰ ਨਹੀਂ। ਕਨੋਏ ਸੀ ਨਾ ਪਹਿਲਾਂ 40 ਦਿਨ ਲਗਾਤਾਰ ਕੁਝ ਸ਼ਕਨ ਤੋਂ ਬਗੈਰ ਭਗਤੀ ਕੀਤੀ, ਦੁਬਾਰਾ 6 ਮਹੀਨੇ ਲਗਾਤਾਰ ਗੁਰੂ ਕੇ ਪਿਆਰਿਓ ਅੰਦਰ ਵੜੇ, ਅਤੇ ਦੂਸਰੇ 6 ਮਹੀਨਿਆਂ ਤੋਂ ਬਾਅਦ ਹੀ ਉਹ ਕਿਸੇ ਨੂੰ ਮਿਲੇ, ਕੁਝ ਸ਼ੱਕ ਸ਼ਕਾ ਕੀਤਾ। ਇਹ ਨਹੀਂ ਸੋਚਣ ਦੀ ਲੋੜ ਹੁੰਦੀ ਵੀ ਬੰਦਾ ਤਾਂ 8 ਪੈਰ ਨਾ ਛਕੇ ਅਤੇ ਇਹਦਾ ਸਰੀਰ ਚੱਲਦਾ ਨਹੀਂ। ਜਿਨ੍ਹਾਂ ਨੂੰ ਨਾਮ ਦੀ ਖੁਰਾਕ ਮਿਲ ਜਾਵੇ, ਇਤਨੀ ਵੱਡੀ ਪੱਧਰ 'ਤੇ ਅੰਦਰੋਂ ਪਿਆਰ ਹੋਵੇ, ਉਹਨਾਂ ਨੂੰ ਜ਼ਿੰਦਗੀ ਭੋਜਨ ਨਹੀਂ ਦੇਂਦਾ, ਪਰਮੇਸ਼ੁਰ ਬਖਸ਼ਿਸ਼ ਕਰਦਾ ਹੈ। ਪਰ ਸਾਨੂੰ ਹੁਕਮ ਨਹੀਂ ਵੀ ਅਸੀਂ ਆਪਣੀ ਮਰਜ਼ੀ ਨਾਲ ਭੋਜਨ ਛੱਡੀ ਜਾਂ ਲੰਗਰ। ਉਹ ਕਿਸੇ ਪਿਆਰ ਦੀ ਅਵਸਥਾ ਅੰਦਰ, ਪਹਿਲੀ ਵਾਰੀ 40 ਦਿਨ, ਦੂਸਰੀ ਵਾਰੀ 6 ਮਹੀਨੇ, ਪਰ ਤੀਸਰੀ ਵਾਰੀ ਕਮਾਲ ਹੋ ਗਈ। ਪਿਆਰਿਓ
जिस परिवार को सेवा मिली सी जो 6 महीने बाद बुआ खुला बेनती की को छको इशारा किया लोड़ नहीं उन्होंने शरीर की मालिश की जो निर्बल हो चुका से कुछ कु दिन के अंदर शरीर तकड़ा पर चेहरे का जलाल तो पहला भी नहीं सी झलिया जाता हूँ होर वध गया से जदों तकड़े खोए कुछ दिन रहे फिर प्रशादा घटाना शुरू किया समझ गए भी महापुरख फिर चाहते ने कांतवे जाना उन्होंने एक बेनती की कह लगी जी एक वादा करके हूँ तुम अंदर तप शुरू करना आई भाई साढ़े कोई सेवा जरूर लवो नहीं तो असी भी प्रसाद नहीं छकेंगे उदो फिर हुक्म लाया सी दही थोड़ी शाम को शरदाई तो एक दाल की ज सब्जी की कौली रख जाया करो होया कि एक विसाखी के अंदर बंदगी करनी प्रारंभ की ते पूरे साल बाद अगली विसाखी तो फिर उठ के किसी को मिले लगातार जो किस कलयुग के अंदर इतनी बंदगी करनी तो कि कलयुगी जीवत है इस गल सुन भी नहीं सकेगा कदे वेख लिया जी तुसी दुनियादार कोल एखो जी गल करोगे जिन्हों सतगुरां ने इस घर के वल तोरिया नहीं वो हैरान होएगा पर जिदे भाग विच निंदा लिखी है वो विरोध करेगा भी हो नहीं सकता हो कि नहीं सकता जो कुछ सतगुरु जी चाहन बाबा मां करनाम सिंह जी पुछो मंडी वालिया ने 3 साल इस तरह कुछ खाण पीन तो बगैर भाव इस तरह की घट पूजन बतीत किए से यह सतगुरु जी के घर अंदर परमेश्वर दे केड़ी हस्ती दे दीदार सानू सतगुरां ने नहीं करवाए हर तरह नाल सानू उन्होंने निवाजिया है गुरु के प्यारो एक बार सारी संगत सतगुरु जी दे चरणों का ध्यान करके सतगुरां दे बचन पढ़ो हजूर कहिंदे ने जन्म मरण दोखू मैं नाखी जन पर उपकारी आए जी दान दे भगती लायन खरस्यों लैन मिलाए सतगुरु ने ड्यूटी लाई सी अमृत छकाउण दे लखां लोकां नू अमृत छकाया है कारण गुरु के प्यारियों आप जन्म मरण तो रहत ने परोपकार करन आउंदे ने परोपकार दा की अर्थ है जी दान वंडना जी दान दा हुंदा किसी नू भगती करन ला देना भगती करा के प्रभु का मिलाप करवाना प्यारो रल के पढ़ो सारे जे परोपकारी आए जन परोपकारी आए परोपकारी आए जन परोपकारी आए पर परोपकारी आए जन परोपकारी आए परोपकारी आए जन परोपकारी आए परोप जी दान दे भगती लायन जी दान दे भगती लायन हर स्यों लैन मिलाए हर स्यों लैन मिलाए हर मस्तुआने वाले महापुरखों के ना गुण इतने कु अधेरे अक्सर असी साखियां सुनते तो सुनाने पता नहीं लगता खुंदा भी कि बचन साझा करिए कि छड़िए
उन्होंने की करना रब की कोई एहो जी कृपा से सतगुरां का हुक्म गुरु स्वारियो जिथे जाना उच बहुत वड्डे इकट्ठ होने अमृत संचार होना संगतां ने अमृत छक के नाम जपन लग पैना आग्या मंगनी ते संगत ने जान ना देना ते कहना अगों भई जान दिओ एक दो वारी पुछना जदों ना जाना ते रात नू चोरी चले जाना ते जाना भी एहो जी जगह ते जिथे किसी नू पता ना लगे ये वक्री गल है प्यारियो शमा जिथे मर्जी बड़े पतंगे अपने आप पहुँच ही जाते ने दीवा बड़े सही जे मिठा होवे ना ते जिवें कीड़ियां अपने आप आउंदियां को रब दी बंदगी वाला खूबे सी जहान अपने आप ही उन्हां कोल आउंदा है। एक वारी पहाड़ां वल चले कै दूर भई इधर नहीं किसे ने आउणा ते ना किसे दा कुरा पग डंडे उच्चे जदों गए ते उस पहाड़ विच बैठ के कल्ले सन उदों वाहिगुरु दा सिमरन शुरू कर लिया अंतर आत्मे सिमरन जारी तो उन्हें पहाड़ों में ना वक् वक् जगह ते होर भी किधरे गुफावां च महात्मा बैठे सी वाहिगुरु की बंदगी करन जदों एक इच्छे पहुंची कोई कोई आत्मा से उन्हें अज की वेख्या भी अज तक अभ्यास कीतियां ये रस नहीं आया अज एकदम पहला अंदर रस नाल भर गया है दूसरा अज पूरे पहाड़ विच्चों वाहिगुरु शब्द की आवाज़ आ रही है ते जंगल बनस्पति ते पूरा पहाड़ ही उस वाहिगुरु शब्द की गूंज नाल गूंज रहा है। कहिंदे कमाल ये आवाज़ किवें पैदा हो गई आख्या कोई जापदा कोई पूरन महापुरख इस पहाड़ां च आ टिके ने जदों इधर उधर वेख के जिथे कोई टिकाणे जापदे सी वेख्या ते अगे संत बाबा अतर सिंह जी मस्तुआण वाले नेत्र बंद करके सिमरन च जुटे खोए ने जा चरणा ते मत्था टेकिया ते प्यारियो बस फिर किसो ना बचन कीता किसे नू दस्यो ना पर फकीर तो रियान आ गया। कहिंदे एक ओ फकीर जिन्हें पूरे पहाड़ विच्चों वाहिगुरु सिमरन दी आवाज़ सुनाई है बस एक तो दो तो चार बस प्राणी आए थले लै गए दीवान अगे खजाना लोका ने फिर अमृत की दात उतों प्राप्त किए सतसंगी जनो ते जदों किधरे अमृतसर साहब हरिमंदर साहब जाना ते परकर्मा साढ़े वांगू छेती नहीं करनी पे चलो छेती छेती नमस्कार करिए जाके कीर्तन सुनिए जा वापस मुड़ना है जदों जोड़ा उतारना पौड़ियाँ उतरनिया ते परकर्मा च एक वारी मत्था टेकना चुक लैना दोबारा फिर मत्था टेकना चुक लैना लगातार मत्था रगड़ रगड़ के ना उन्हां दे कई वार मस्तक विच्चों लोह भी सम्मन लग पैना। जदों पुछया प्रेमिया ने महापुरखो इहदा की कारण है आप जी नमस्कार कर दिओ एक वार नहीं इन्नी वार लगातार करदे हो भी तुहाडे मस्तक चो लोह भी वगन लग पैंदा ऐसा क्यों आखन लगे असी ना धन गुरु गोबिंद सिंह पिता महाराज गुरु नानक साहब जी का संदेश संगत नूं सुनाने आ सारी संगत सतगुरां नूं सी चुकांदी है पर कई वार कुछ संगत शरीर नूं भी मत्था टेक जांदी जाने अणजाणे ते असी आउने आ इस दर ते जिन्हां संगतां ने सानू शीश नवाए ने उन्हां सारियां संगतां दे मत्थे गुरु रामदास पिता दे चरणां च भेट करदे हां असी अपने कोल नहीं रखदे उह दे जाने वैसे कमाल दीआं हस्तियां ने महापुरखां दी संगत कीती सी भाई खीरा सिंह जी रागी ने प्यारियो भाई खीरा सिंह रागी इको एक उह गुरु का प्यारा जिहड़ा महापुरख है सेवा पंछियां दी अरदास नाल जगत ते आया जदों बचपन विच ही संगत मिल गई संत बाबा अतर सिंह मस्तुआण वालियां दी संगत मिली रंग चढ़िया उन्हां नूं उन्हां दी रसना ते प्यारियो इतना कीर्तन दा आनंद से भई उदों रिवाज सी ना आरिया समाजी ईसाई मुसलमान चर्चा करदे
एक दूसरे धर्म की निंदा करके लोगों नूं अपने वल खिंचना ते भाई खीरा सिंह नूं रंग चढ़ाया। असीं मस्तुआ वालियां ने बहुत वधेरे उन्होंने ना बेनती कर लगा सा आरिया समाजियां ने शर्तां लाणियां भी भाई खीरा सिंह जी का कीर्तन सुन जाना है। पहला उन्होंने अपने केस कटाने चंगी तरह रगड़ के उन्होंने नौजवान बच्चों ने कहना इधर भाई साहब ने अज कीर्तन करना जाना है। वड्डे जड़े सन अंदरों ईरखा ते द्वेष में सड़े हो जा ना देना जो जिद करनी तो उन्हें कहना बच्चे जाओ ना कीर्तन सुनने जो कहना जाना एको गल कहनी कीर्तन सुन लिया जे पर जो वह व्याख्या कर लगन ना उदो दौड़ के संगत चो तुसी बाहर आना है। पुछया कारण कहिंदे भाई खीरा सिंह कीर्तन सुना के हर शरीर दे अंदर उदा खिरदा गुरु प्यार नल इन्ना को विन देंदे ने जदो वह व्याख्या करन भावें कोई कट्टड़ तो कट्टड़ आदमी क्यों ना होवे गुरु के प्यारो वो गुरु के खंडे बाटे दे अमृत की दात लैन तो बगैर वो रह नहीं सकना। उन्हें शर्तां लाणियां वो जादूगर है नहीं साढ़े ते असर साड़ी तैयारी जदो जाना कीर्तन सुनना होश भुल जानी हंजुआ झड़ियां लगियां खोनियां गुरु के प्यारो जदो वैराग विच रोंदे खोना पता उदो लगना जे कथा चलदी विच ही उन्होंने खड़े होके कहना भाई साहब कौन घर जान जो के नहीं दे ये दसो अमृत संचार कल करोगे कि अज करोगे ये तुहाडे ते मेरे वड्डियां दे गुरु के प्यारो ये एहो जे जीवन सन। कारण शिमले चले गए जदो अच्छे उन्होंने कीर्तन अमृत वेले आसा की वार्ता ही ज़्यादा करते से लोका रात सौना ना जे सौ गए लेट जाग आए अगे थान ही मिलनी लोकी रात जागते रहेंदे उच्चे जदों प्रधान जी दे घर ठहरे से वेख्या फिर रात को भाई साहब मंजे ते नहीं पता किया बाहर निकले आवाज आवे निक्की निक्की कीर्तन दी पहाड़ी वल वाज गई उधर वेख्या तो कल्ले भाई साहब निक्का जिहा वाचा रखते से वाचा लैके बेनती दे कीर्तन शब्द पढ़ दे घंटा डेढ़ भी दूर बैठे रहे फिर वो सिमरन विच अंदर चले गए। जो अमृत वेला खोना से कोई ढाई कु बजे उठे वाचा बनिया मंजे तो एक मिनट लेटे तो कहें उठिए भाई देर हो गई इशनान करो। प्रधान जी वेख रहे सन दिन चढ़िया आसा दी वार तो बाद कहिंदे जी रात तुसी पहाड़ ते बैठ के किनू कीर्तन सुना रहे से ते दूजा कीर्तन तो बाद चुप क्यों खो गए मैनू कृपा करके समझाओ। कहन लगे जदों असी संगत विच कीर्तन करदे आ संगत उहदे बदले सानू माया भेट करदी है पर कहिंदे उस वेले असी कीर्तन गुरु नानक साहब जी दे चरणां विच ध्यान तार उन्हां नूं सुना के बेनतियां कर रहे सां सतगुरु मेरी झोली भी वह दात पाओ जिहड़ी संगत नूं कहिंदे का। दूजी गल पुछी चुप क्यों कर गए हो चुप दा जवाब फिर नेत्र बंद है ते कई घंटे रोंदे रहे ते जवाब कोई भी ना दिता कहिंदे बस इहदा इही जवाब है। मैं बेनती कर रहा सां मस्तुआने वालियां दी संगत जदों भाई खीरा सिंह जी ने जाना ना दरबार साहब तो उन्होंने घर नहीं जाना पहला जो बाहरों इलाके चोना कीर्तन करके पिता प्रधान सिंह घर देना आप रहना हफ्ता दस दिन इतने पूरी सेवा करनी पुछना कारण कहन लगे भाई ये खतरा कै संगत नू सतगुरु नाल जोड़ी दे पर कई बार साडा अंदर संगत का कट वेख के खोमे की मैला बैठता है। अरदास करदिया जितना चिर गुरु रामदास पिता जी वो लगी कोई मैल उतार के मेरे अंदर नाम नहीं प्रगट करते उन्हें चिर घर नहीं जाना। गुरु सवार्यो ये हस्तियां ओ ने भाई वीर सिंह जी कहिंदे से हीरा सिंह जे 10,000 तेन सुन दिख है संगत ते जेकर एक एक हंजू केरे ओ याद रखी जे तू बच के रहना खोमे तो 40,000 खंजू तेरी अख विचों भी करना चाहिदा है। खैर सतसंगियो मैं बेनती कर रहा सा
ਇਹ ਸਤਿਗੁਰੂ ਜੀ ਦਾ ਘਰ ਕੇਵਲ ਕਥਾ ਕਹਾਣੀਆਂ ਕਹਿਣ ਦਾ ਨਹੀਂ, ਇਹ ਕੋਈ ਮੰਜ਼ਿਲ 'ਤੇ ਪਹੁੰਚਣ ਦਾ ਰਸਤਾ ਹੈ। ਗੁਰੂ ਸਵਾਰਿਓ, ਜਦੋਂ ਨਾ ਸੰਤ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਸ਼ਿਮਲੇ ਗਏ, ਬੱਚੇ ਨੂੰ ਰੋਕੋ ਪਿਆਰਿਓ, ਬੇਨਤੀ ਕਰ ਰਿਹਾ ਸਾਂ। ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਜਦੋਂ ਸ਼ਿਮਲੇ ਗਏ ਅਤੇ ਉੱਥੇ ਇੱਕ ਮੇਰੇ ਬਹੁਤ ਹੀ ਅਤੀ ਸਤਿਕਾਰਯੋਗ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਜੀ, ਜਿਨ੍ਹਾਂ ਦੇ ਲੈਕਚਰਾਂ ਦੀਆਂ ਬਹੁਤ ਧੁੰਮਾਂ ਸਨ, ਬਹੁਤ ਪਿਆਰੇ ਲੈਕਚਰ ਪੁਸਤਕਾਂ ਵੀ ਲਿਖੀਆਂ, ਉੱਥੇ ਨਾ ਉਹਨਾਂ ਨੇ ਸੱਚਖੰਡ ਬੇਗਮਪੁਰੇ 'ਤੇ ਉਹਨਾਂ ਨੇ ਕੀਤਾ ਲੈਕਚਰ, ਬਹੁਤ ਪਿਆਰਾ ਨਕਸ਼ਾ ਬਣਿਆ, ਸੰਗਤ ਵਾਹ ਆਕਾਰ ਉੱਠੇ, ਬਹੁਤ ਖੂਬ ਪਈ, ਇਤਨਾ ਪਿਆਰਾ ਭੋਗ ਪਿਆ। ਮਹਾਂਪੁਰਖ ਵੀ ਉੱਥੇ ਸੀ, ਇਕੱਠੇ ਬੈਠੇ, ਕਹਿਣ ਲੱਗੇ ਜੀ ਅੱਜ ਕਮਾਲ ਕਰ ਦਿੱਤੀ ਤੁਸਾਂ ਨੇ, ਸੱਚਖੰਡ ਦਾ ਨਕਸ਼ਾ ਖਿੱਚਿਆ ਬੇਗਮਪੁਰੇ ਦਾ, ਬਹੁਤ ਹੀ ਚੰਗਾ ਲੱਗਾ। ਪ੍ਰਿੰਸੀਪਲ ਸਾਹਿਬ ਉਹ ਦੇਖਿਆ ਵੀ ਹੈ ਬੇਗਮਪੁਰਾ ਅਤੇ ਸੱਚਖੰਡ, ਜਿਹਦੇ ਬਾਰੇ ਇਤਨੇ ਸੋਹਣੇ ਪ੍ਰਮਾਣ ਦੇ ਕੇ ਤੁਸਾਂ ਨੇ ਸਿੱਧ ਕੀਤਾ ਹੈ। ਪ੍ਰਿੰਸੀਪਲ ਸਾਹਿਬ ਨੇ ਖੱਚ ਜੋੜ, ਮਹਾਂਪੁਰਖੋ ਜੋ ਕਿਤਾਬਾਂ ਵਿੱਚੋਂ ਪੜ੍ਹਿਆ, ਜੋ ਸੁਣਿਆ, ਉਹਨਾਂ ਦੇ ਆਧਾਰ 'ਤੇ ਉਹ ਬਿਆਨ ਕੀਤਾ ਹੈ, ਦੇਖਿਆ ਨਹੀਂ, ਆਖਿਆ ਦੇਖਣਾ ਚਾਹੁੰਦੇ ਹੋ? ਕਹਿਣ ਲੱਗੇ ਮੇਹਰ ਦੇ ਘਰ ਵਿੱਚ ਆਇਓ ਅਤੇ ਦਿਖਾ ਦਿਓ। ਬਸ ਕਹਿੰਦੇ ਜੀ ਮੇਹਰ ਦੇ ਘਰ ਵਿੱਚ ਆਏ, ਦਿਖਾ ਦਿਓ। ਉਹਨਾਂ ਦਾ ਅੰਦਰ ਸੱਚਾ ਸੀ, ਸੱਚ ਬੋਲਿਆ। ਸਤਿਗੁਰੂ ਅਤੇ ਮਹਾਂਪੁਰਖ ਇਹ ਨਹੀਂ ਵੇਖਦੇ ਵੀ ਸਾਡੇ ਪਾਪ ਕਿੰਨੇ ਨੇ, ਵੇਖਦੇ ਨੇ ਸਾਡਾ ਅੰਦਰ ਕਬੂਲ ਕਰਦਾ ਹੈ ਕਿ ਨਹੀਂ। ਇੱਕ ਤਾਂ ਵੇਖਾ ਵੇਖੀ ਸੁਣੀ ਸੁਣਾਈ ਗੱਲ ਇਹਨਾਂ ਜੀ, ਮੈਂ ਮਹਾਰਾਜ ਜੀ ਬੜਾ ਗੁਨਾਹਗਾਰ ਜੇ, ਮੈਂ ਤਾਂ ਦਾਸਾਂ ਦਾ ਦਾਸ ਹਾਂ, ਅਤੇ ਅੰਦਰ ਹੁਕਮ ਹੁੰਦਾ ਸਾਰੇ ਕਹਿਣ ਵੀ ਕਿਹੜੀ ਨਿਮਰਤਾ ਵਾਲੇ ਸ਼ਬਦ ਬੋਲਦਾ ਹੈ, ਅੰਦਰ ਹੁਕਮ ਚਲਾਉਣ ਦੀ ਭਾਵਨਾ। ਮਸਤਵਾਣੇ ਵਾਲੇ ਮਹਾਂਪੁਰਖ ਕਿਆ ਕਰਦੇ ਸਨ, ਜਿਹਦਾ ਜੀ ਕਰੇ ਪ੍ਰਚਾਰ ਕਰਨ ਨੂੰ ਉਹ ਬਿਲਕੁਲ ਨਾ ਕਰੇ, ਅਤੇ ਜਿਹਦਾ ਜੀ ਨਾ ਕਰੇ ਉਹਨੂੰ ਕਰਨਾ ਚਾਹੀਦਾ ਹੈ। ਉਹਦਾ ਅਰਥ ਬਹੁਤ ਵੱਡਾ ਸੀ। ਗੁਰੂ ਸਵਾਰਿਓ, ਜਿਹਦੇ ਅੰਦਰ ਸਤਿਗੁਰੂ ਜੀ ਲਈ ਅੰਤਾਂ ਦਾ ਪਿਆਰ ਹੋਏਗਾ ਨਾ, ਉਹ ਚਾਹੁੰਦਾ ਹੈ ਕਿਧਰੇ ਇਕਾਂਤ ਵਿੱਚ ਅੰਦਰ ਵੜ ਕੇ ਭਜਨ ਕਰਾਂ, ਆਪ ਉੱਚਾ ਹੋਵਾਂ। ਉਹਨੂੰ ਕਹਿੰਦੇ ਜਿੱਧਰ ਇਹ ਜਾਏਗਾ ਨਾ, ਇਹ ਸਤਿਗੁਰੂ ਨਾਲ ਜੋੜੇਗਾ, ਅਤੇ ਜਿਹਦੇ ਅੰਦਰ ਖਾਲੀ ਹੋਏਗਾ ਉਹ ਕਹਿੰਦਾ ਦੂਸਰਿਆਂ ਨੂੰ ਮੱਤਾਂ ਦਿਆਂ, ਛੇਤੀ ਛੇਤੀ ਦੂਸਰਿਆਂ ਦਾ ਸੁਧਾਰ ਕਰਨ ਤੁਰੇਗਾ, ਆਪਣਾ ਪਤਾ ਹੀ ਨਹੀਂ। ਪਿਆਰਿਓ, ਜਦੋਂ ਨਾ ਮਹਾਂਪੁਰਖਾਂ ਨੇ ਪ੍ਰਿੰਸੀਪਲ ਸਾਹਿਬ ਕੋਲੋਂ ਸੱਚ ਸੁਣਿਆ, ਅਤੇ ਸੱਚ ਸੁਣ ਕੇ ਕਹਿਣ ਲੱਗੇ ਦੇਖਣਾ ਚਾਹੁੰਦੇ ਹੋ? ਕਹਿੰਦੇ ਦਿਖਾਓ। ਬਸ ਇੰਨਾ ਹੀ ਬਚਨ ਕਿਹਾ, ਕਹੋ ਵਾਹਿਗੁਰੂ ਵਾਹਿਗੁਰੂ। ਕਹਿਣ ਦੀ ਦੇਰ ਸੀ, ਉਹਨਾਂ ਦੇ ਨੇਤਰ ਬੰਦ ਹੋ ਗਏ ਅਤੇ ਅੰਤਰ ਆਤਮੇ ਕਈ ਘੰਟੇ ਜੋ ਰਸ ਮਾਣਿਆ ਉਹ ਕਿਆ ਕਰਦੇ ਸਨ, ਉਹ ਕੇਵਲ ਜ਼ਿੰਦਗੀ 'ਚ ਇੱਕ ਦਿਨ ਉਹ ਰਸ ਆਇਆ ਕਹਿ। ਸਤਸੰਗੀ ਜਾਨੋ, ਉਹਨਾਂ ਨੂੰ ਕੋਈ ਬਿਆਨ ਛੋੜਾ ਕਰ ਸਕਦਾ ਬੇਗਮਪੁਰੇ ਨੂੰ ਆਤਮ ਰਸਾਂ ਨੂੰ? ਇਹ ਤਾਂ ਕੇਵਲ ਓੜ ਤੋੜ ਜੇ ਹੁੰਦੇ ਨੇ। ਸਤ ਮੇਰੇ ਸਤਿਗੁਰੂ ਜੀ ਦਾ ਤਾਂ ਬਚਨ ਹੈ ਨਾ, ਹਜ਼ੂਰ ਕਹਿੰਦੇ ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ। ਨਾਮ ਦਾ ਰਸ ਕੇਵਲ ਉਹ ਜਾਣੇਗਾ ਜਿਹਨੂੰ ਸਤਿਗੁਰੂ ਚਖਾ ਦਿੰਦੇ ਨੇ, ਪਰ ਉਹ ਕਹਿ ਨਹੀਂ ਸਕਦਾ, ਕੀਮਤ ਕਹਿ ਨਾ ਨਾ ਸਕੀਏ, ਕਿਆ ਕਹਿ ਮੁੱਖ ਬੋਲਾ, ਉਦ ਕੌਣ ਬਿਆਨ ਕਰੇਗਾ। ਪਿਆਰਿਓ, ਮਹਾਂਪੁਰਖਾਂ ਨੇ ਜਿੱਥੇ ਅੰਮ੍ਰਿਤ ਸੰਚਾਰ ਕੀਤੇ, ਲੱਖਾਂ ਪ੍ਰਾਣੀਆਂ ਨੂੰ ਨਾਮ ਨਾਲ ਜੋੜਿਆ। ਇੱਕ ਵਾਰ ਨਾ ਦਿੱਲੀ ਦਰਬਾਰ ਜਾਰਵ ਪੰਚਮ ਨੇ ਆਉਣਾ ਸੀ, ਰਿਆਸਤਾਂ ਵਾਲੇ ਸਾਰੇ ਰਾਜੇ ਰਖੀਸਾ ਨੇ ਇਕੱਠਿਆਂ ਹੋ ਕੇ ਉਹਦੇ ਸਤਿਕਾਰ 'ਤੇ ਜਾਣਾ ਸੀ। ਜੀਂਦ ਰਿਆਸਤ ਵੱਲੋਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਗਏ, ਚਾਹੁੰਦੇ ਸੀ ਪਿਆਰਿਓ, ਖਾਲਸਾ ਪ੍ਰਬੰਧਕ ਕਮੇਟੀ ਵੀ ਚਾਹੁੰਦੇ ਸਨ ਆਪਣੇ ਸਿੱਖ ਪੰਚ ਵੱਲੋਂ ਉਹ ਜਾਣ, ਆਪੋ ਆਪਣੇ ਢੰਗ ਨਾਲ ਪ੍ਰਦਰਸ਼ਨੀ ਕਰਨੀ ਸੀ। ਜਦੋਂ ਦਰਬਾਰ ਲੱਗਾ, ਦਰਬਾਰ 'ਚ ਕਹਿੰਦੇ ਮਹਾਂਪੁਰਖੋ ਤੁਸੀਂ ਕੁਝ ਪੜ੍ਹੋ। ਉਹਨਾਂ ਨੇ ਪਹਿਲਾ ਸ਼ਬਦ ਪੜ੍ਹਿਆ, ਥਿਰ ਘਰ ਬੈਸੋ ਹਰ ਜਨ ਪਿਆਰੇ। ਬੇਨਤੀ ਕਰਾਂ, ਇੱਕ ਤੁਸੀਂ ਨਾਂ ਸੁਣਿਆ ਸੰਤ ਬਾਬਾ ਈਸ਼ਰ ਸਿੰਘ ਜੀ ਰਾੜ ਸਹਿਵਾਲ, ਜਾਣਦੇ ਹੋ ਨਾ?
ਉਹਨਾਂ ਨੂੰ ਜਦੋਂ ਕੀਰਤਨ ਵਿੱਚ ਲਾਇਆ ਸੀ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਕੀਰਤਨ ਕਰੋ ਜੀ ਮੈਨੂੰ ਕੀਰਤਨ ਕਰਨਾ ਨਹੀਂ ਆਉਂਦਾ ਅਸੀਂ ਸਿਖਾਉਂਦੇ ਹਾਂ ਵਾਜੇ ਤੇ ਖਾਚਰ ਖਾਇਆ ਅੱਜ ਤੱਕ ਉਹੋ ਜਿਹੇ ਵਾਜੇ ਦੀ ਆਵਾਜ਼ ਕੋਈ ਦੂਸਰਾ ਆਦਮੀ ਨਹੀਂ ਕੱਢ ਸਕਿਆ ਸਿੰਪਲ ਜੀ ਧੁਨ ਹੈ ਕੋਈ ਬਹੁਤੀ ਨਹੀਂ ਸੁਰਾਂ ਲਗਾ ਸਕਾਂਗੇ ਪਰ ਉਹਦੇ ਵਿੱਚੋਂ ਉਹ ਜਿਹੜੀ ਧੁਨ ਨਿਕਲਦੀ ਰੱਬ ਦੇ ਚਰਨਾਂ ਨਾਲ ਜੋੜਨ ਵਾਲੀ ਅੱਜ ਵੀ ਕੋਈ ਪ੍ਰੇਮ ਵਾਲਾ ਸੁਣੇਗਾ ਤੇ ਮੰਤਰ ਮੁਗਧ ਹੋ ਜਾਂਦਾ ਹੈ ਕਿਉਂਕਿ ਉਹ ਸੁਰਾਂ ਤੇ ਖੱਛ ਨਹੀਂ ਹੁੰਦਾ ਕਿਸੇ ਅੰਦਰ ਦੀ ਤਰਬ ਤੇ ਮਹਾਂਪੁਰਖ ਰਖਾਂਦੇ ਕਾਰਨ ਪਿਆਰਿਓ ਜਦੋਂ ਰੇਰੂ ਸਾਹਿਬ ਵਾਲੇ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਨੇ ਉਹਨਾਂ ਕੋਲ ਇਹ ਗਏ ਦਮਦਮਾ ਸਾਹਿਬ ਜਦੋਂ ਮਿਲੇ ਤੁਰਨ ਲੱਗੇ ਨਾ ਤੇ ਮਹਾਂਪੁਰਖ ਮਸਤੂਆਣੇ ਵੱਲ ਕਹਿੰਦੇ ਜੀ ਚੱਲੀਏ ਤੇ ਸੇਵਾਦਾਰਾਂ ਨੇ ਸੋਚਿਆ ਵੀ ਸ਼ਾਇਦ ਕਹਿੰਦੇ ਦੂਸਰੇ ਨੱਕਰ ਜਿੱਥੇ ਜਾਣਾ ਹੈ ਕਹਿੰਦੇ ਜੀ ਅੱਗੋਂ ਉਹਨਾਂ ਦਾ ਜਵਾਬ ਇੱਕੋ ਹੀ ਸੀ ਤੁਸੀਂ ਚੱਲੋ ਅਸੀਂ 10 ਦਿਨ ਮਗਰੋਂ ਆਵਾਂਗੇ ਦੋਨਾਂ ਨੇ ਜਦੋਂ ਸਰੀਰ ਛੱਡਿਆ 10 ਦਿਨਾਂ ਦੇ ਫਰਕ ਨਾਲ ਛੱਡਿਆ ਖੈ ਪਿਆਰਿਓ ਇੱਕ ਨਹੀਂ ਹਜ਼ਾਰਾਂ ਨੇ ਘਟਨਾਵਾਂ ਖੁੱਲ੍ਹੀ ਖੇਡ ਸਤਿਗੁਰੂ ਜੀ ਵਰਤਾਨ ਦੀ ਡਿਊਟੀ ਕਿਸੇ ਕਿਸੇ ਦੀ ਲਾਉਂਦੇ ਨੇ ਸਾਰੇ ਮਹਾਂਪੁਰਖਾਂ ਦੀ ਡਿਊਟੀਆਂ ਨੇ ਨਾ ਮੈਂ ਬੇਨਤੀ ਕਰ ਲਿਆ ਜਦੋਂ ਨਾ ਉੱਥੇ ਦਰਬਾਰ ਲੱਗਾ ਮਹਾਂਪੁਰਖਾਂ ਨੇ ਸ਼ਬਦ ਪੜ੍ਹੇ ਧਾਰਨਾ ਦੇ ਰੂਪ ਅੰਦਰ ਉਹਨਾਂ ਨੇ ਸ਼ੁਰੂ ਕਰਾਏ ਸੀ ਇਹ ਸ਼ਬਦ ਬਹੁਤਾਤ ਵਿੱਚ ਹੈ ਵੈਸੇ ਤਾਂ 7ਵੇਂ ਪਿਤਾ ਵੱਲੋਂ ਸ਼ੁਰੂ ਹੋ ਗਿਆ ਸੀ ਨਾ ਜੋਟੀਆਂ ਸ਼ਬਦ ਪੜ੍ਹਨੇ ਫਿਰ ਕਈ ਵਾਰ ਲਹਿਰ ਮੱਧਮ ਹੋ ਜਾਂਦੀ ਫਿਰ ਵਕਤ ਆਇਆ ਧਾਰਨਾ ਇੱਕ ਲੈਣੀ ਅਤੇ ਫਿਰ ਪੂਰੇ ਸ਼ਬਦਾਂ ਦਾ ਕੀਰਤਨ ਕਰਨਾ ਬਿਲਕੁਲ ਰਾੜੇ ਸਾਹਿਬ ਵਾਲੇ ਵੀ ਉਸੇ ਤਰ੍ਹਾਂ ਕਰਿਆ ਕਰਦੇ ਸੀ ਹੋਇਆ ਕਿ ਦਰਬਾਰ ਲੱਗਾ ਦੂਸਰਾ ਸ਼ਬਦ ਮਹਾਂਪੁਰਖਾਂ ਨੇ ਆਪਣੇ ਰਾਜਿਆਂ ਅਤੇ ਸੰਗਤ ਨੂੰ ਸੁਣਾਉਣਾ ਸੀ ਕਹਿੰਦੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਮੈਂ ਇੱਕ ਦੋ ਬਚਨ ਕਹਿ ਕੇ ਅੱਜ ਸਮਾਪਤੀ ਦਾ ਹੁਕਮ ਹੋਇਆ 5 ਮਿੰਟ ਪਹਿਲਾਂ ਕਿਸੇ ਬੁਲਾਰੇ ਨੇ ਬੋਲਣਾ ਹੋਏਗਾ ਮੈਂ ਬੇਨਤੀ ਕਰ ਰਿਹਾ ਸਾਂ ਵੀ ਜਦੋਂ ਨਾ ਦਰਬਾਰ ਲੱਗਾ ਉਸ ਦਰਬਾਰ ਅੰਦਰ ਇਹ ਸ਼ਬਦ ਪੜ੍ਹਿਆ ਕੌਣ ਪੜ੍ਹ ਸਕਦਾ ਏ ਕੌਣ ਰਾਜੇ ਦੇ ਮੂੰਹ 'ਤੇ ਕਵੇਗਾ ਰੱਬ ਵਰਗਾ ਕੋਈ ਹੋਰ ਰਾਜਾ ਨਹੀਂ ਹੈ ਪਿਆਰਿਓ ਉਸ ਵਕਤ ਨਾ ਇਹਨਾਂ ਦਾ ਸਾਰਿਆਂ ਦਾ ਧਿਆਨ ਮਹਾਂਪੁਰਖਾਂ ਵੱਲ ਜਾਰ ਪੰਚਮ 'ਤੇ ਪੁੱਛਦਾ ਏ ਸਭ ਤੋਂ ਤੇਜ਼ ਪ੍ਰਤਾਪ ਵਾਲਾ ਇਹ ਕੌਣ ਵਿਅਕਤੀ ਏ ਦੱਸਿਆ ਜੀ ਸਾਡੇ ਗੁਰੂ ਨਾਨਕ ਪਿਤਾ ਜੀ ਦੇ ਘਰ 'ਤੇ ਇਹ ਸੰਤ ਜਾਨ ਜਿਹੜਾ ਸਭ ਤੋਂ ਵੱਡਾ ਈਸਾਈ ਪਾਦਰੀ ਬੈਠਾ ਸੀ ਨਾ ਉਹਨੇ ਇੱਕੋ ਗੱਲ ਕਹੀ ਉਹਦੇ ਮੂੰਹ ਤੋਂ ਨਿਕਲੀ ਕਹਿੰਦਾ ਕਾਸ਼ ਜੇ ਕਿਧਰੇ ਐਖੋ ਜੀ ਰੰਗੀ ਕੋਈ ਆਤਮਾ ਈਸਾਈਆਂ ਕੋਲ ਇੱਕ ਹੁੰਦੀ ਤੇ ਸਾਰੀ ਦੁਨੀਆਂ ਨੂੰ ਅਸੀਂ ਈਸਾਈ ਬਣਾ ਕੇ ਰੱਖ ਦਿੰਦੇ ਉਹ ਕੇਵਲ ਇੱਕ ਚਾਹੁੰਦਾ ਸੀ ਐਖੋ ਜਿਹਾ ਸਾਨੂੰ ਮਿਲੇ ਸਾਨੂੰ ਕਿਹੜਾ ਮਾਣ ਹੈ ਸਾਨੂੰ ਮਿਲੇ ਅਤੇ ਜਦੋਂ ਉਸ ਦਰਬਾਰ ਦੀ ਮਹਿਮਾ ਸਾਰੇ ਕਰ ਰਹੇ ਸੀ ਨਾ ਵਾਰ ਵਾਰ ਅਤੇ ਮਹਾਂਪੁਰਖਾਂ ਨੇ ਵੇਖਿਆ ਵੀ ਇਹਨਾਂ ਨੂੰ ਸਮਝ ਨਹੀਂ ਆਈ ਉਹਨਾਂ ਨੇ ਇੱਕ ਧਾਰਨਾ ਪੜ੍ਹੀ ਸੀ ਕਲਗੀ ਵਾਲੇ ਦੇ ਦਰਬਾਰ ਖੁਸ਼ੀਆਂ ਨਿੱਤ ਨਵੀਆਂ ਉਹ ਜਿਹੜੀ ਆ ਖੁਸ਼ੀ ਇੱਕ ਦਿਨ ਲਈ ਮਨਾ ਰਹੇ ਹੋ ਨਾ ਜੇ ਕਦਰੇ ਕਲਗੀਆਂ ਵਾਲੇ ਪਿਤਾ ਜੀ ਦੇ ਘਰ ਨਾਲ ਜੁੜ ਜਾਓ ਸਤਿਗੁਰੂ ਐਖੋ ਜੇ ਦਰਬਾਰ ਦੀਆਂ ਖੁਸ਼ੀਆਂ ਅੰਮ੍ਰਿਤ ਵੇਲੇ ਰੋਜ਼ ਦੇ ਦਿਆ ਕਰਨਗੇ ਉਹਦੀਆਂ ਖੁਸ਼ੀਆਂ ਵੱਡੀਆਂ ਪਿਆਰਿਓ ਆਓ ਆਪਾਂ ਵੀ ਮਹਾਨ ਪੁਰਖਾਂ ਦੀ ਬਰਸੀ ਮਨਾ ਰਹੇ ਹਾਂ ਲੋੜ ਅੰਮ੍ਰਿਤ ਤਾਰੀਖ ਹੋਈਏ 25 ਤਰੀਕ ਨੂੰ ਅੰਮ੍ਰਿਤ ਸੰਚਾਰ ਹੈ ਨਾਮ ਲਈਏ 5 ਪਿਆਰਿਆਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜਿਵੇਂ ਉਹਨਾਂ ਕੀਤਾ ਅਤੇ ਕਰਾਇਆ ਅਸਾਂ ਨੂੰ ਉਹਨਾਂ ਨੇ ਬਹੁਤ ਕੁਝ ਸਿਖਾਇਆ ਹੈ ਕਹਿੰਦੇ ਉਹ ਕੜਾ ਪ੍ਰਸ਼ਾਦੀ ਦੇਖ ਬਣਾਉਣ ਵਾਲਿਓ ਤੁਹਾਨੂੰ ਮਾਣ ਹੋਣਾ ਚਾਹੀਦਾ ਏ ਵੀ ਤੁਹਾਡੇ ਖੱਚਾਂ ਦਾ ਤਿਆਰ ਕੀਤਾ ਪ੍ਰਸ਼ਾਦ 10 ਪਾਤਸ਼ਾਹੀਆਂ ਨੇ ਛਕਣਾ ਹੈ ਸਾਧ ਸੰਗਤ ਆਓ ਉਹਨਾਂ ਦੇ ਸਤਿਗੁਰੂ ਦੇ ਦਰਬਾਰ ਲਈ ਜੋ ਪੜਿਆ ਪੜ੍ਹ ਕੇ ਸਮਾਪਤੀ ਕਰੀਏ ਜੀ ਕਲਗੀ ਵਾਲੇ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ ਕਲਗੀ ਵਾਲੇ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ ਕਲਗੀ ਵਾਲੇ ਦੇ ਦਰਬਾਰ ਕਲਗੀ ਵਾਲੇ
ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ ਕਲਗੀ ਵਾਲੇ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ ਗੁਰਸਿੱਖਾ ਮਨ ਵਧਾਈਆਂ ਜਿਨ੍ਹਾਂ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ ਆਹ ਖੁਸ਼ੀ ਰਾਜਿਆਂ ਨੂੰ ਥੋੜ੍ਹੀ ਮਿਲਦੀ ਜਿਹੜੀ ਸਤਿਗੁਰੂ ਸਾਡੀ ਝੋਲੀ ਵਿੱਚ ਇਸ ਤਰ੍ਹਾਂ ਪਾਉਂਦੇ ਕਹਿਣ ਸਤਿਗੁਰੂ ਮਿਹਰਾਂ ਕਰਨ ਅਸੀਂ ਉਹਨਾਂ ਦੇ ਨਾਮ ਬਾਣੀ ਅੰਮ੍ਰਿਤ ਨਾਲ ਜੋੜ ਸਦਾ ਲਈ ਖੁਸ਼ੀਆਂ ਖਿਰਦੇ ਦੀ ਝੋਲੀ ਵਿੱਚ ਪਵਾਈਏ ਪੁੱਲ ਚੁੱਕ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਿੰਘ ਜੀ ਹੁਣਾਂ ਦਾ ਜਿਨ੍ਹਾਂ ਨੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਗੁਰਮਤਿ ਵਿਚਾਰਾਂ ਦੀ